ਹਾਂਜੀ ਰਸ਼ਮੀਤ ਜੀ ਕਿੱਦਾਂ? ਠੀਕ ਠੀਕ ਲੱਗ ਨਹੀਂ ਰਹੇ। ਚਲੋ ਪੁੱਛਦੇ ਜਜੀਸ ਤੋਂ। ਸਭ ਤੋਂ ਪਹਿਲਾਂ ਸ਼ਾਜ਼ੀਆ ਜੀ ਤੋਂ। ਰਸ਼ਮੀਤ, ਹਾਂਜੀ ਮੈਮ, ਅੱਛਾ ਗਾਇਆ ਬੇਟੇ। ਥੈਂਕ ਯੂ ਮੈਮ। ਮਗਰ ਬਹੁਤ ਸੁਰ ਥੱਲੇ ਰੱਖ ਕੇ ਗਾਇਆ, ਉਹਦੀ ਵਜ੍ਹਾ? ਗਲਾ ਮੈਮ ਸਾਥ ਨਹੀਂ ਦੇ ਰਿਹਾ। ਗਲਾ ਸਾਥ ਨਹੀਂ ਦੇ ਰਿਹਾ, ਅਤੇ ਤੂੰ ਗਲੇ ਦਾ ਸਾਥ ਦੇ ਦੇ। ਬਟ ਫਿਰ ਵੀ ਅੱਛਾ ਗਾਇਆ, ਗੁੱਡ। ਥੈਂਕ ਯੂ ਜੀ। ਸਲੀਮ ਜੀ, ਬਹੁਤ ਅੱਛਾ ਗਾਇਆ। ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਇਹਨੇ ਕੋਸ਼ਿਸ਼ ਕੀਤੀ ਅੱਛਾ ਗਾਉਣ ਦੀ, ਇਹ ਕਾਬਲੇ ਤਾਰੀਫ ਹੈ। ਜਿਉਂਦੀ ਰਹੋ। ਸਚਿਨ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇਹ ਗਾਣਾ ਗਵਾਉਣ ਦੇ ਪਿੱਛੇ ਕੋਈ ਖਾਸ ਵਜ੍ਹਾ? ਇਹਨਾਂ ਦਾ ਜੋ ਇੱਕ ਸਿੰਗਿੰਗ ਸਟਾਈਲ ਹੈ ਔਰ ਜੋ ਇੱਕ ਵੋਇਸ ਟੈਕਸਚਰ ਹੈ, ਉਹਦੇ ਮੁਤਾਬਿਕ ਲੱਗਦਾ ਸੀ ਵੀ ਇਹ ਗਾਣਾ ਇਹ ਅੱਛੀ ਤਰ੍ਹਾਂ ਨਿਭਾ ਸਕਦੇ ਹੈ। ਔਰ ਇਹਨਾਂ ਦਾ ਗਲਾ ਖਰਾਬ ਹੈ, ਮੌਸਮ ਇੱਦਾਂ ਦਾ ਹੈ, ਸੋ ਕੁਛ ਕੀਤਾ ਨਹੀਂ ਜਾ ਸਕਦਾ ਉਹਦੇ ਬਾਰੇ, ਸਕੇਲ ਨੀਵਾਂ ਰੱਖਣਾ ਪਿਆ ਇਹਨਾਂ ਨੂੰ। ਬਟ ਸਟਿਲ ਜਿੱਦਾਂ ਦੇ ਹਾਲਾਤ ਹੈਗੇ ਆ ਸੀ ਇਹਨਾਂ ਦੇ ਨਾਲ ਹੋਇਆ ਜੋ ਵੀ ਗਲੇ ਦਾ, ਅਤੇ ਉਹਦੇ ਮੁਤਾਬਿਕ ਇਹਨਾਂ ਨੇ ਬਹੁਤ ਅੱਛਾ ਗਾਇਆ, ਅਤੇ ਇਹਨਾਂ ਦੀ ਹਿੰਮਤ ਦੀ ਦਾਦ ਜ਼ਰੂਰ ਮੈਂ ਦਊਂਗਾ, ਕਿਉਂਕਿ ਜਦੋਂ ਇਹਨਾਂ ਦੀ ਅਜੇ ਵਾਰੀ ਨਹੀਂ ਆਈ ਸੀ ਅਤੇ ਮੈਨੂੰ ਕਹਿ ਰਹੀ ਸੀ ਕਿ ਸਰ ਮੇਰਾ ਗਲਾ, ਮੈਂ ਕਿਹਾ ਆਪਣੇ ਵੱਲੋਂ ਤੁਸੀਂ ਬੈਸਟ ਐਫਰਟ ਦਿਓ, ਬਾਕੀ ਪਰਮਾਤਮਾ ਦੇ ਹੱਥ ਛੋੜ ਦਿਓ। ਸੋ ਸ਼ੀ ਗੇਵ ਹਰ ਬੈਸਟ, ਬਾਕੀ ਅੱਲਾ ਮਾਲਿਕ। ਥੈਂਕ ਯੂ ਜੀ। ਸਾਡੇ ਸੈਲੀਬ੍ਰਿਟੀ ਗੈਸਟ ਰਵਿੰਦਰ ਗਰੇਵਾਲ ਜੀ। ਰਸ਼ਮੀਤ, ਮੈਨੂੰ ਤਾਂ ਖੈਰ ਕਾਫੀ ਚੰਗਾ ਲੱਗਿਆ, ਔਰ ਕਿਉਂਕਿ ਤੁਹਾਡੀ ਆਵਾਜ਼ ਨੂੰ ਬੜਾ ਸੂਟ ਕਰ ਰਿਹਾ ਸੀ ਇਹ ਗਾਣਾ, ਤੁਹਾਡੇ ਮੁਤਾਬਕ ਲੱਗਿਆ। ਥੈਂਕ ਯੂ ਜੀ। ਸੋ ਕਿੱਟੂ ਜੀ, ਰਾਇਲ ਸਟੈਗ ਲਾਸਟ ਚਾਂਸ ਐਪੀਸੋਡ ਦੀ ਸਾਰੀ ਪਰਫਾਰਮੈਂਸਿਸ ਖਤਮ ਹੋ ਗਈਆਂ ਨੇ, ਰਸ਼ਮੀਤ ਨੇ ਵੀ ਪਰਫਾਰਮ ਕਰ ਲਿਆ, ਕੀ ਕਹਿਣਾ ਚਾਹੋਗੇ? ਵਾਕਈ ਇੱਕ ਜਿੱਦਾਂ ਸਚਿਨ ਜੀ ਨੇ ਕਿਹਾ, ਬੜੀ ਦਾਤ ਦੇਣੀ ਬਣਦੀ ਆ ਅੱਜ ਇਹਨੂੰ ਕਿ ਇਹਨੇ ਇਸ ਕੰਡੀਸ਼ਨ ਦੇ ਵਿੱਚ ਵੀ ਗਾਇਆ ਔਰ ਅੱਛਾ ਗਾਇਆ। ਗੁੱਡ। ਥੈਂਕ ਯੂ ਕਿੱਟੂ ਜੀ। ਥੈਂਕ ਯੂ ਜਜਿਸ। ਰਸ਼ਮੀਤ ਪਲੀਜ਼।